ਤੇ ਅੰਗਰੇਜ਼ੀ ਵਾਲੀ ਮੈਡਮ ਜਿਨ੍ਹਾਂ ਨੇ ਆਪਣੀ ਸੋਹਣੀ ਆਵਾਜ਼ ਨਾਲ ਆਪਣੇ ਫੈਨਸ ਦੇ ਦਿਲਾਂ ਤੇ ਡੀਜੇ ਵਜਾ ਕੇ ਰੱਖੇ ਹੋਏ ਨੇ। ਜੀ ਮੈਂ ਗੱਲ ਕਰ ਰਹੀ ਹਾਂ ਸ਼ਿਪਰਾ ਗੋਇਲ ਦੀ, ਜਿਨ੍ਹਾਂ ਦੀ ਸੋਹਣੀ ਸੂਰਤ ਅਤੇ ਸੋਹਣੀ ਆਵਾਜ਼ ਦਾ ਹਰ ਕੋਈ ਦੀਵਾਨਾ ਹੈ। ਉਹਨਾਂ ਨੇ ਹਮੇਸ਼ਾ ਹੀ ਸਾਨੂੰ ਆਪਣੇ ਸੌਂਗਸ ਦੇ ਨਾਲ ਬਹੁਤ ਐਂਟਰਟੇਨ ਕੀਤਾ ਹੈ ਤੇ ਹੁਣ ਫਿਰ ਉਹ ਆ ਰਹੇ ਨੇ ਆਪਣੇ ਨਵੇਂ ਸੌਂਗ ਦੇ ਨਾਲ, ਜਿਸ ਦੀ ਅਸੀਂ ਸਾਰੇ ਹੀ ਬਹੁਤ ਚਿਰ ਤੋਂ ਉਡੀਕ ਕਰ ਰਹੇ ਸੀ। ਇਸ ਸੌਂਗ ਦਾ ਟਾਈਟਲ ਹੈ ਮੈਂ ਤੇਰੀ ਰਾਣੀ। ਜਿੱਦਾਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਉਹ ਆਲਰੇਡੀ ਹੀ ਸਾਡੇ ਦਿਲਾਂ ਦੀ ਰਾਣੀ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੌਂਗ ਵਿੱਚ ਉਹ ਕਿਸ ਦੀ ਰਾਣੀ ਬਣਨ ਜਾ ਰਹੇ ਨੇ। ਸ਼ਿਪਰਾ ਗੋਇਲ ਨੇ ਇਸ ਸੌਂਗ ਦੀ ਅਨਾਊਂਸਮੈਂਟ ਆਪਣੇ ਨਵੇਂ ਗਾਣੇ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕਰਕੇ ਦਿੱਤੀ ਹੈ। ਪੋਸਟਰ ਦੇ ਨਾਲ ਨਾਲ ਉਹਨਾਂ ਨੇ ਗੱਭਰੂ ਟੀਵੀ ਦੇ ਨਾਲ ਇੱਕ ਐਕਸਕਲੂਸਿਵ ਵੀਡੀਓ ਵੀ ਸ਼ੇਅਰ ਕੀਤੀ ਹੈ। ਆਓ ਦੇਖਦੇ ਹਾਂ ਇਸ ਸੌਂਗ ਦਾ ਪੋਸਟਰ ਅਤੇ ਉਹਨਾਂ ਦੀ ਇਹ ਐਕਸਕਲੂਸਿਵ ਵੀਡੀਓ। ਹੈਲੋ ਐਵਰੀਬਾਡੀ, ਦਿਸ ਇਜ਼ ਸ਼ਿਪਰਾ ਗੋਇਲ ਤੇ ਮੈਂ ਤੇਰੀ ਰਾਣੀ ਦਾ ਆਫੀਸ਼ੀਅਲ ਪੋਸਟਰ ਹੁਣ ਹੋ ਚੁੱਕਿਆ ਰਿਲੀਜ਼ ਤੇ ਤੁਸੀਂ ਸਾਰੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸੋ ਕਿ ਤੁਹਾਨੂੰ ਕਿੱਦਾਂ ਦਾ ਪੋਸਟਰ ਲੱਗਿਆ। ਐਂਡ ਆਈ ਪ੍ਰੋਮਿਸ ਕਿ ਗਾਣੇ ਦੀ ਰਿਲੀਜ਼ ਡੇਟ ਵੀ ਬਹੁਤ ਹੀ ਜਲਦੀ ਅਨਾਊਂਸ ਕਰਾਂਗੇ, ਬਹੁਤਾ ਵੇਟ ਨਹੀਂ ਕਰਾਵਾਂਗੇ ਤੁਹਾਨੂੰ ਸਾਰਿਆਂ ਨੂੰ। ਸੋ ਟਿਲ ਦੈਨ ਕੀਪ ਸ਼ੇਅਰਿੰਗ, ਕੀਪ ਲਵਿੰਗ ਦਾ ਆਫੀਸ਼ੀਅਲ ਪੋਸਟਰ ਆਫ ਮੈਂ ਤੇਰੀ ਰਾਣੀ। ਥੈਂਕ ਯੂ। ਜੇ ਗੱਲ ਕਰੀਏ ਇਸ ਸੌਂਗ ਦੀਆਂ ਡਿਟੇਲਸ ਬਾਰੇ ਤੇ ਇਸ ਸੌਂਗ ਨੂੰ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ ਨਿਰਮਾਨ ਵੱਲੋਂ ਤੇ ਇਸ ਦਾ 뮤직 ਕੀਤਾ ਹੈ ਅਭਿਜੀਤ ਵਗਾਨੀ ਨੇ ਤੇ ਇਸ ਸੌਂਗ ਦੀ ਵੀਡੀਓ ਕੀਤੀ ਗਈ ਹੈ ਟਰੂ ਰੂਟਸ ਵੱਲੋਂ ਤੇ ਇਹ ਸੌਂਗ ਟੀ ਸੀਰੀਜ਼ ਦੇ ਲੇਬਲ ਅੰਡਰ ਰਿਲੀਜ਼ ਹੋਵੇਗਾ। ਹਜੇ ਤੱਕ ਸ਼ਿਪਰਾ ਗੋਇਲ ਨੇ ਸਾਡੇ ਨਾਲ ਆਪਣੇ ਸੌਂਗ ਦੀ ਰਿਲੀਜ਼ਿੰਗ ਡੇਟ ਸ਼ੇਅਰ ਨਹੀਂ ਕੀਤੀ, ਪਰ ਸਾਨੂੰ ਉਮੀਦ ਹੈ ਕਿ ਇਹ ਸੌਂਗ ਜਲਦ ਹੀ ਰਿਲੀਜ਼ ਹੋਵੇਗਾ। ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਐਕਟਿੰਗ ਦੀ ਤੇ ਉਹਨਾਂ ਨੇ ਆਪਣਾ ਐਕਟਿੰਗ ਡੈਬਿਊ ਕੀਤਾ ਹੈ ਅਮਰਿੰਦਰ ਗਿੱਲ ਦੀ ਮੂਵੀ ਲਾਈਏ ਜੇ ਯਾਰੀਆਂ ਤੋਂ, ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਨੇ ਉਹਨਾਂ ਦੀ ਐਕਟਿੰਗ ਨੂੰ ਕਾਫੀ ਪਿਆਰ ਦਿੱਤਾ ਸੀ। ਹੁਣ ਤੱਕ ਸ਼ਿਪਰਾ ਗੋਇਲ ਦੀ ਸੋਹਣੀ ਆਵਾਜ਼ ਨੇ ਸਾਨੂੰ ਆਪਣੇ ਸੋਹਣੇ ਸੋਹਣੇ ਸੌਂਗਸ ਦੇ ਨਾਲ ਬਹੁਤ ਐਂਟਰਟੇਨ ਕੀਤਾ ਹੈ, ਜਿਵੇਂ ਕਿ ਲਵਲੀ ਵਰਸਸ ਪੀਯੂ, ਅੰਗਰੇਜ਼ੀ ਵਾਲੀ ਮੈਡਮ, ਡੀਜੇ ਤੇ ਅਤੇ ਖਰਚੇ, ਜੋ ਕਿ ਉਹਨਾਂ ਦਾ ਰੀਸੈਂਟ ਸੌਂਗ ਗੁਰਨਾਮ ਪੁਲਰ ਦੇ ਨਾਲ ਸੀ ਤੇ ਕਾਫੀ ਜ਼ਿਆਦਾ ਸੁਪਰ ਹਿੱਟ ਵੀ ਰਿਹਾ ਸੀ। ਸ਼ਿਪਰਾ ਗੋਇਲ ਦਾ ਇਹ ਅਪਕਮਿੰਗ ਸੌਂਗ ਮੈਂ ਤੇਰੀ ਰਾਣੀ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਇੱਕ ਰੋਮਾਂਟਿਕ ਬੀਟ ਨੰਬਰ ਹੋਵੇਗਾ। ਅਸੀਂ ਤਾਂ ਬਹੁਤ ਐਕਸਾਈਟਿਡ ਹਾਂ ਉਹਨਾਂ ਦੀ ਮਿੱਠੀ ਮਿੱਠੀ ਆਵਾਜ਼ ਨੂੰ ਦੁਬਾਰਾ ਤੋਂ ਸੁਣਨ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਹੋਰ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ